ਸਰ ਇਹ ਹੈ ਜੀ, ਉਦੋਂ ਮਤਲਬ ਆਪਦੇ ਆਪ 'ਤੇ ਵਿਸ਼ਵਾਸ ਇੰਨਾ ਹੁੰਦਾ ਸੀ। ਤੁਹਾਨੂੰ ਮੈਂ ਕੋਨਫੀਡੈਂਸ ਦੀ ਗੱਲ ਦੱਸਦਾ ਵੀ ਸਾਡੇ ਪਿੰਡ ਢੇਰੀ ਆ ਗਈ ਜੀ। ਢੇਰੀ ਦਾ ਸ਼ੁਕਰੀ ਹੁੰਦਾ ਸੀ ਸੁਖਦੇਵ, ਤੁਸੀਂ ਸੁਣਿਆ ਹੋਣਾ 62 ਕਿਲੋ ਖੇਡਣਾ। ਮੇਰੀ ਗੱਲਬਾਤ ਚੱਲ ਰਹੀ ਹੈ, ਇੰਟਰਵਿਊ ਦੇ ਲਈ ਉਹਨਾਂ ਨਾਲ। ਹਾਂ, ਉਹ ਇੱਧਰ ਸੰਤ ਜੱਗ ਮਲੇਰੇ ਖੇਡ ਕੇ ਆਏ ਸੀ ਸਾਡੇ ਪਿੰਡ ਟੂਰਨਾਮੈਂਟ 'ਤੇ, ਬਾਅਦ ਵਿਚਾਲੜੇ ਦੇ ਨਾਲ ਜਾਂਦੀ ਜੀ। ਅਤੇ ਜਦੋਂ ਢੇਰੀ ਦੀ ਟੀਮ ਐਂਟਰ ਹੋ ਗਈ, ਉਹ ਭੁੱਖਿਆਲੀ ਨੂੰ ਉੱਥੇ ਹਰਾ ਕੇ ਆਏ ਸੀ। ਤਾਂ ਬਾਕੀ ਟੀਮਾਂ ਜਿਹੜੀਆਂ ਆਪਣੇ ਇਲਾਕੇ ਦੀਆਂ 62 ਕਿਲੋ ਦੀਆਂ ਸੀ, ਸੀਰਾ ਸੀਗਾ, ਪੁੱਛੋਵਾਲਾ ਆਪਣੇ ਰਾਮਪੁਰੇ ਵਾਲੇ ਸੀ, ਗੱਗੀ ਹੋਰੇ ਉਹ ਤੋਂ ਬਿਨਾਂ ਭੋਡੀ ਵਾਲੇ ਸੀ, ਇਹ ਭਦੌੜ ਵਾਲੇ ਸੀ, ਚੰਗੀਆਂ ਟੀਮਾਂ ਹੁੰਦੀਆਂ ਸੀ। ਸਾਰੇ ਕਹਿੰਦੇ ਵੀ ਅਸੀਂ ਤਾਂ ਜਾਂਦੇ ਹਾਂ, ਵਿਚਾਲੜੇ ਦੇ ਉਦੋਂ ਬਾਅਦ ਟੀਮ ਪਹੁੰਚ ਜਾਂਦੀਆਂ ਸੀ। ਮੈਂ ਕਿਹਾ ਕੀ ਹੋ ਗਿਆ? ਕਹਿੰਦੇ ਵੀ ਇੱਕ ਪਾਸੇ ਢੇਰੀ ਆ ਗਈ, ਇੱਕ ਪੂਲ 'ਚ ਤੁਸੀਂ ਹੋਵੋਗੇ, ਅਤੇ ਸਾਨੂੰ 2 ਦਿਨ ਭੰਨਣ ਦਾ ਇੱਥੇ ਕੀ ਫਾਇਦਾ, ਅਸੀਂ ਤਾਂ ਜਾਵਾਂਗੇ। ਹਾਲੇ ਕਿ ਮੈਂ ਉਹਨਾਂ ਦਾ ਮੈਚ ਨਹੀਂ ਦੇਖਿਆ ਸੀ, ਅਸੀਂ ਖੇਡੇ ਨਹੀਂ ਸੀ, ਪਰ ਕੋਨਫੀਡੈਂਸ ਇੰਨਾ ਸੀ, ਵਿਸ਼ਵਾਸ ਆਪਦੀ ਮਿਹਨਤ 'ਤੇ, ਕਿ ਉਹਨਾਂ ਨੂੰ ਮੈਂ ਕਿਹਾ ਯਾਰ ਤੁਸੀਂ ਦੱਸੋ ਕੀ ਚਾਹੁੰਦੇ ਹੋ। ਉਹ ਕਹਿੰਦੇ ਜੀ ਢੇਰੀ ਨੂੰ ਆਪਦੇ ਪੂਲ 'ਚ ਰੱਖ ਲਾ। ਅਸੀਂ ਬਿਨਾਂ ਟਾਈਆਂ ਪਾਏ ਉਹਨਾਂ ਨੂੰ ਬਿਠਾ ਕੇ ਆਪਦੇ ਪੂਲ 'ਚ ਮੈਂ ਲਿਖਤਾ ਵੀ ਆਹ ਢੇਰੀ ਨਾਲ ਮੈਂ ਖੇਡੂੰਗਾ ਸੈਮੀਫਾਈਨਲ, ਦੂਜੀਆਂ ਟੀਮਾਂ ਸਾਰੀਆਂ ਇੱਕ ਸਾਈਡ 'ਤੇ ਨਿਕਲ ਗਈਆਂ। ਢੇਰੀ ਨਾਲ ਅਸੀਂ ਫਿਰ ਸੈਮੀਫਾਈਨਲ ਮੈਚ ਖੇਡੇ ਅਤੇ ਅਸੀਂ ਉਹਨੂੰ ਸੁਖਦੇਵ ਨੂੰ ਉੱਥੇ ਹਰਾਇਆ ਪਿੰਡ। ਮਤਲਬ ਕਿ ਉਦੋਂ ਇੰਨਾ ਵਿਸ਼ਵਾਸ ਹੁੰਦਾ ਸੀ ਕਿ ਟੀਮ ਦਾ ਹਰਨਾ ਤਾਂ ਬਹੁਤ ਔਖਾ ਲੱਗਦਾ ਸੀ ਵੀ ਨਹੀਂ ਐਂ ਕਿਵੇਂ ਕੋਈ ਜਾਪੀ ਫੜ ਲੂਗਾ। ਅਤੇ ਕਿਹੜੀਆਂ ਕਿਹੜੀਆਂ ਉਦੋਂ ਫਿਰ ਨਾਮੀ ਟੀਮਾਂ ਸੀ ਜਿਹਨਾਂ ਨੂੰ ਅਕਸਰ ਖੜਕਵੇਂ ਮੈਚ ਲੱਗਦੇ ਸੀ? ਖੜਕਵੇਂ ਮੈਚ ਜੀ ਜਾਂਦੇ, ਜਿਵੇਂ ਭੁੱਖਿਆਂ ਵਾਲੀ ਹੋ ਗਈ, ਢੇਰੀ ਨਾਲ ਵੀ ਸਾਡੇ ਲੱਗੇ ਮਲਕਿਆਂ ਵਾਲਾ ਕੰਮਾਂ ਜਾਫੀ ਵਧੀਆ ਸੀ, ਪਰ ਉਹ ਸਾਨੂੰ ਮੈਚ ਨਹੀਂ ਜਿੱਤੇ ਕਦੇ, ਮੈਂ ਸਾਡੇ ਬਹੁਤ ਖੜ ਕੇ ਉਹਨਾਂ ਨਾਲ। ਆਪਣਾ ਨਛੱਤਰ ਹੁੰਦਾ ਸੀ ਕੰਮੇ ਵਾਲੀਆਂ, ਇਹਨਾਂ ਨਾਲ ਭੋਡੀਆਂ ਵਾਲੇ, ਨਿੰਮੇ ਹੋਰਾਂ ਨਾਲ, ਮੀਤੇ ਨਾਲ, ਰੌਂਤੇ ਵਾਲੇ ਨਾਲ। ਜਾਂਦੇ ਜਾਂਦੇ ਜਦੋਂ ਅਸੀਂ ਮਤਲਬ ਛੱਡਦੇ ਜੇ ਵੜ ਸੀ, ਉਦੋਂ ਭਾਈ ਰੂਪੇ ਵਾਲੇ ਸੀਗੇ ਆ ਉੱਠ ਖੜੇ ਸੀ, ਇਹਨਾਂ ਨਾਲ ਵੀ ਮੈਂ ਸਾਡੇ ਵਧੀਆ ਲੱਗੇ। ਕਈ ਟੀਮਾਂ ਮਤਲਬ ਇਹੋ ਜਿਹੀਆਂ ਸੀ ਜਿਹਨਾਂ ਨਾਲ ਸਾਡੇ ਮੈਚ ਵਧੀਆ ਲੱਗਦੇ ਸੀ ਟੂਰਨਾਮੈਂਟ 'ਤੇ, ਪਰ ਅਸੀਂ ਹਰੇ ਉਹਨਾਂ ਨੂੰ ਇੱਕ ਅੱਧਾ ਮੈਚ ਹੀ ਹਾਂ। ਹਰੇਕ ਟੀਮ ਇਹ ਨਹੀਂ ਕਹਿ ਸਕਦੀ ਵੀ ਅਸੀਂ ਤੁੰਗਬਲੀ ਨੂੰ ਉੱਥੇ ਹਰਾਤਾ ਉੱਥੇ ਹਰਾਤਾ, ਇੱਕ ਬੰਦੇ ਸਾਈਂ ਕਿਤੇ ਹਰੇ ਹਾਂ, ਲੂਜ਼ ਕੀਤਾ ਮੈਚ। ਮੈਂ ਵੀ ਇਸ ਕਰਕੇ ਸ਼ੁਰੂਆਤ ਦੇ ਵਿੱਚ ਕਿਹਾ ਕਿ ਕਬੱਡੀ ਦੇ 62 ਕਿਲੋ ਦਾ ਇਤਿਹਾਸ ਲਿਖੀਏ, ਤੁਹਾਡਾ ਨਾਮ ਮੂਹਰਲੇ ਖੇਡਾਂ 'ਚ ਆਉਂਦਾ, ਇਸ ਕਰਕੇ ਮੈਂ ਬੋਲਿਆ ਜੀ ਇੰਨੇ ਤਕੜੇ ਖੇਡੇ ਹੁੰਦਾ। ਜੀ ਜੀ, ਉਹ ਵਿਸ਼ਵਾਸ ਦੀ ਗੱਲ ਦੱਸਦਾ ਮਾਨ ਸਾਹਿਬ, ਇੱਕ ਅਸੀਂ ਗਾਗੋ ਦੇ ਪਿੰਡ ਦੀਨਾ ਸਾਹਿਬ ਬੈਠੇ, ਗਾਗੋ ਦੇ ਘਰੇ ਅਸੀਂ ਰੋਟੀ ਖਾਈ ਜਾਂਦੇ ਸਵੇਰੇ, ਗਾਗੋ ਆ ਕੇ ਕਹਿੰਦਾ ਵੀ ਤੁਹਾਡਾ ਚਾਂਸ ਤਾਂ ਗਿਆ 62 ਕਿਲੋ ਦਾ। ਮੈਂ ਕਿਹਾ ਵੀ ਕੀ ਹੋ ਗਿਆ? ਕਹਿੰਦੇ ਵੀ ਵੱਡਾ ਘਰ ਦਾ ਤੁਸੀਂ ਸੁਣਿਆ ਹੋਣਾ ਜੱਗੀ ਜਾਫੀ ਹੁੰਦਾ ਸੀ ਵੱਡੇ ਘਰ ਦਾ ਜੀ, ਉਹ ਆ ਗਏ ਆ ਕਿ ਅਤੇ ਉਹ ਤੁਹਾਡੇ ਵਾਲੇ ਪੂਲ 'ਚ ਐਂਟਰ ਕਰਦੇ। ਉਦੋਂ ਦੀਨੇ ਵਾਲੇ ਭੀਮਾ ਅਤੇ ਹਰਵਿੰਦਰ ਗੁਰਤੇਜ, ਇਹਨਾਂ ਦੀ ਟੀਮ ਹੁੰਦੀ ਸੀ ਦੀਨੇ ਦੀ 62 ਕਿਲੋ ਦੀ। ਅਤੇ ਸਾਡੇ ਜਦੋਂ ਰੋਟੀ ਖਾਂਦੇ ਖਾਂਦੇ ਸਾਡੇ ਜਾਫੀ ਥੋੜ੍ਹਾ ਜਿਹਾ ਲੋੜ ਜਿਹਾ ਮੰਨ ਗਏ, ਮਤਲਬ ਉਹਨਾਂ ਨੂੰ ਪਤਾ ਨਹੀਂ ਕਿਉਂ ਮੈਨੂੰ ਲੱਗਿਆ ਵੀ ਇਹ ਤਾਂ ਡਰ ਗਏ। ਜਦੋਂ ਗਾਗੋ ਨੇ ਆ ਕੇ ਕਿਹਾ, ਮੈਂ ਉਹਨੂੰ ਪੁੱਛਣ ਲੱਗ ਗਿਆ, ਮੈਂ ਕਿਹਾ ਉਹ ਜੱਗੀ ਕਰਦਾ ਕੀ ਹੈ? ਕਹਿੰਦੇ ਵੀ ਜਾਫੀ ਹੈ। ਮੈਂ ਕਿਹਾ ਕਿੰਨਾ ਕੁ ਵੇਟ ਹੈ? ਕਹਿੰਦੇ ਵੀ 60-65 ਕਿਲੋ ਵੇਟ ਹੈ। ਮੈਂ ਕਿਹਾ ਵੀ ਬਰਾਬਰ 62 ਕਿਲੋ ਵੇਟ ਆਪਣਾ ਹੈ, 62 ਉਹਦਾ ਹੈ ਜੀ, ਜਾਫੀ ਉੱਥੇ ਖੜਾ ਹੈ, ਮੈਂ ਉਹਦੇ ਤੋਂ 1.5 ਕਰਮ ਪਿੱਛੇ ਖੜਾ, ਅਤੇ ਉਹ ਚੱਲ ਕੇ ਆਊਗਾ ਫੜਨ ਮੈਨੂੰ। ਐਂ ਤਾਂ ਹੈ ਨਹੀਂ ਗਾ ਵੀ ਮੈਂ ਜਾ ਕੇ ਉੱਥੇ ਹੱਥ ਬੰਨੇ ਮੇਰੇ ਅਤੇ ਉਹ ਆ ਗਿਆ ਅਤੇ ਮੇਰੇ ਜਿਵੇਂ ਜਿਵੇਂ ਕਰਿਆ ਉਹਦਾ ਮੈਨੂੰ ਜਫਾ ਪਾ ਦੂਗਾ, ਵੀ ਆਊ ਤਾਂ ਮੇਰੇ ਕੋਲ ਉਹ। ਜਾਫੀਆਂ ਨੂੰ ਕਿਹਾ ਤੁਹਾਨੂੰ ਤਾਂ ਕੋਈ ਡਰ ਨਹੀਂ, ਮੈਂ ਜਾਣਾ ਉਹਦੇ ਕੋਲ, ਤੁਸੀਂ ਘਬਰਾਓ ਨਾ, ਮੈਂ ਜਾਊਂਗਾ ਉਹਦੇ ਕੋਲ। ਔਰ ਜਦੋਂ ਤੁਸੀਂ ਯਕੀਨ ਮੰਨੋ ਵੀ ਮੈਚ ਲੱਗਿਆ ਤਾਂ ਸਾਰੇ ਮੈਚ 'ਚ ਇੱਕ ਜਫਾ ਉਹ ਜੱਗੀ ਨੇ ਮੈਨੂੰ ਪਾਇਆ, ਕੋਈ ਪੂਰੇ ਮੈਚ ਉਹਨੂੰ ਮੈਂ ਹੱਥ ਹੀ ਨਹੀਂ ਧਰਨ ਦਿੱਤਾ ਜੀ, ਉਹ ਭੱਜ ਗਿਆ ਮੈਂ ਪਿੱਛੇ ਹਟ ਜਾ, ਰੇਸ਼ ਮੇਰੀ ਉਹਦੇ ਨਾਲ ਜ਼ਿਆਦਾ ਸੀਗੀ, ਸਾਰੇ ਮੈਚ ਮਤਲਬ ਉਹਨੂੰ ਮੈਂ ਹੱਥ ਨਹੀਂ ਧਰਨ ਦਿੱਤਾ ਜੱਗੀ। ਅਤੇ ਉਸ ਸਮੇਂ ਦੇ ਫਿਰ ਕਿਹੜੇ ਕਿਹੜੇ ਨਾਮੀ ਜੋ ਟੂਰਨਾਮੈਂਟ ਹੁੰਦੇ ਸੀਗੇ ਜੋ 2-2, 3-3 ਸਾਲ ਜਿੱਤੇ ਆ ਜੀ? ਜਿਵੇਂ ਲੰਬੀ ਹੁੰਦਾ ਸੀ ਜੀ, ਬਾਬਾ ਮਾਨ ਸਿੰਘ ਯਾਦਗਾਰੀ ਟੂਰਨਾਮੈਂਟ ਬਹੁਤ ਭਰਦਾ ਸੀ, ਇਸ ਏਰੀਏ ਦਾ ਪਹਿਲਾ ਟੂਰਨਾਮੈਂਟ ਹੁੰਦਾ ਸੀ, ਭਦੌੜ ਅਸੀਂ ਲਗਾਤਾਰ 3-4 ਸਾਲ ਜਿੱਤੇ। ਇਸ ਤੋਂ ਬਿਨਾਂ ਆਪਣੇ ਮਹਾਰਾਜ ਵੀ ਜਿੱਤੇ, ਇੱਥੇ ਵੱਡਾ ਟੂਰਨਾਮੈਂਟ ਹੁੰਦਾ ਸੀ। ਫਿਰ ਅਸੀਂ ਇੱਕ ਟੂਰਨਾਮੈਂਟ ਜਿੱਤਿਆ ਜੀ ਨਾਭਾ ਸਟਾਰਟ ਦੇ ਵਿੱਚ, ਸੁੱਖੀ ਮੈਮੋਰੀਅਲ ਟੂਰਨਾਮੈਂਟ, ਉਹਦਾ ਨਾਮ ਉਦੋਂ ਐਂ ਹੁੰਦਾ ਸੀ ਵੀ ਦੂਜੇ 5 ਟੂਰਨਾਮੈਂਟ ਖੇਡ ਲਓ ਅਤੇ ਇਕੱਲਾ ਨਾਭਾ ਜਿੱਤ ਲਓ ਜੀ, ਬਰਾਬਰ ਹੈ। ਜਦੋਂ ਅਸੀਂ ਨਾਭੇ ਜਾਣਾ ਸੀ, ਮੇਰੇ ਯਾਦ ਹੈ ਵੀ ਅਸੀਂ 3 ਦਿਨ ਕੋਈ ਟੂਰਨਾਮੈਂਟ ਨਹੀਂ ਖੇਡਿਆ, ਰੈਸਟ ਕੀਤੀ। ਔਰ ਜਦੋਂ ਅਸੀਂ ਗਏ ਤਾਂ ਸਾਰੀਆਂ ਟੀਮਾਂ ਉੱਥੇ ਆਈ ਜਾਣ, ਹਰੇਕ ਦੇ ਟਰੈਕ ਸੂਟ ਪਾਏ, ਅਸੀਂ ਟ੍ਰੇਨ 'ਤੇ ਗਏ ਸੀ ਤਾਂ ਸਾਡੇ ਨਾਲ ਦੇ 2-3 ਵਿਚਾਰੇ ਖੇਸ ਵੀ ਲਏ ਸੀ, ਖੇਸ ਗਏ ਸੀ, ਉਹ ਦੇਸੀ ਸਾਡੇ ਨੇ ਕੋਈ ਚੱਕੇ ਨਾ ਜੀ। ਟੀਮਾਂ ਸਾਰੀਆਂ ਅਖਬਾਰ 'ਚ ਉਦੋਂ ਪੜ੍ਹਦੇ ਰਹਿੰਦੇ ਵੀ ਲੁਧਿਆਣੇ ਦੀਆਂ ਵੀ ਆ ਗਈਆਂ, ਟੈਪੀ ਵਾਲੇ ਆ ਗਏ, ਰਕਬੇ ਵਾਲੇ ਆ ਗਏ, ਸ਼ੁਕਰੀ ਆ ਗਿਆ, ਸੋਮਾ ਆ ਗਿਆ, ਕਰਾਂਚੋ ਵਾਲਾ, ਸਾਰੀਆਂ ਟੀਮਾਂ ਹਰਿਆਣੇ ਦੀਆਂ, ਪੂਰੀਆਂ 62 ਟੀਮਾਂ ਸੀਗੀਆਂ, 62 ਕਿਲੋ ਦੀਆਂ ਕਹਿੰਦੀਆਂ ਕਹਾਉਂਦੀਆਂ ਜੀ। ਅਸੀਂ ਜੀ ਉੱਥੇ
20-20 टाइम देंदे सी। दो दिन मैच खेडी गए, तीन तीन मैच खेडे, सानू किसी ने नहीं पुछया भी कि जिले तो आए हो कि नहीं। साडा क्वार्टर लगे घरांचोले सोमे ना जी, जो घरांचोले सोमे ना साडा मैच लग्या तो सोमे ने उस तरह लग्या, वह कहण साडा घोन मोहन सोमा। असी इन्होंने जोगिंदर ते हुंदे सी उदो शिंगारा, इन्होंने दो जफे पहले सोमे नूं पाते ते दो जफे इन्हां दे नाल जिहड़ा उहदे रेडर सी उहनूं पै गए जी। मेरे नाल उदों लाल बाई वाला राजा सीगा, असी चार दोने दो दो रेडां भज्जे। 8-0 जो हुए पॉइंट तो स्टेज तो बंदा भज के आके सानू पुछ के गया कि थोड़ा पिंड किहड़े जिले च, मतलब इतों तक हुंदा सी वी पहला कोई पुछदा नहीं सी। फिर असी वो नाभा टूरनामेंट जितया जी, जो नाभा टूरनामेंट जितया तो फिर आसे पासे सारिया टीमों च साडा बहुत नाम बनया। 93 की गल है ये, दूजा कि तीजा मोरियल टूरनामेंट, तीजा से उदो हरजीत तरगिया का रौला पै गया सी, आरोप ने खेडे नहीं, असी उदो बढ़ के जित गए सुखी मेमोरियल कप जी, ਜਿਸਨੂੰ ਕਿ ਮੈਨੂੰ ਲੱਗਦਾ ਕਰਮੇ ਚੱਕਰ ਨੇ ਤਿੰਨ ਵਾਰ ਜਿੱਤਿਆ ਓਪਨ ਦੇ ਵਿੱਚ। ਬਿਲਕੁਲ, ਉਹ ਬਾਅਦ ਚ ਉਹ ਤੋਂ ਬਾਅਦ ਹਾਂਜੀ ਜਿੱਤ ਗਏ। ਬਹੁਤ ਤਗੜਾ ਕੱਪ ਹੁੰਦਾ, ਬਹੁਤ ਵਧੀਆ ਸੀ ਉਦੋਂ ਜੀ। ਉਹਨਾਂ ਸਮੇਂ 'ਚ ਉਹ ਦੇਸੀ ਘਿਓ ਦੇ ਵਿੱਚ ਰੋਟੀਆਂ ਲਵੇੜ ਲਵੇੜ ਲੰਗਰ 'ਚ ਉਹਨਾਂ ਦੇ ਚੱਲਦਾ ਹੁੰਦਾ ਸੀ। ਬਾਜੀ ਵੈਸੇ ਟੂਰਨਾਮੈਂਟ ਜਿਨ੍ਹਾਂ ਨੇ ਕਬੱਡੀ ਨੂੰ ਪ੍ਰਮੋਟ ਕਰਿਆ, ਐਸੇ ਟੂਰਨਾਮੈਂਟ ਕੁਝ ਕੀ ਰਹਿ ਗਏ ਜਿਹੜੇ ਪੰਜਾਬ ਦੇ ਵਿੱਚ ਹੋ ਰਹੇ ਨੇ। ਬਿਲਕੁਲ, ਉਦੋਂ ਯਾਦਗਾਰੀ ਹੁੰਦੇ ਸੀਗੇ ਜੀ। ਅਤੇ ਇਸ ਤਰੀਕੇ ਦੇ ਹੋਰ ਲਗਾਤਾਰ ਜਿੱਤੇ ਹੁਣ ਕੱਪ ਜੀ? ਫਿਰ ਉਦੋਂ ਬਾਅਦ ਜੀ ਕਈ ਹੈਗੇ ਕੱਪ ਟੀਮਾਂ ਜਿਹੜੀਆਂ ਬੜੀਆਂ ਯਾਦਗਾਰੀ ਹੁੰਦੀਆਂ, ਜਿਵੇਂ ਮਾਨਸਾ ਦੇ ਵਿੱਚ ਫਾਫੜੇ ਮੇਲਾ ਹੁੰਦਾ ਸੀ, ਇਹ ਜਿੱਤਿਆ, ਭਿੱਖੀ ਜਿੱਤਿਆ, ਭਿੱਖੀ ਟੂਰਨਾਮੈਂਟ ਬਹੁਤ ਤਕੜਾ ਟੂਰਨਾਮੈਂਟ ਹੁੰਦਾ, ਇੱਥੇ ਵੀ ਚੰਗੀਆਂ ਟੀਮਾਂ ਇਹ ਸਾਡੇ ਰਹੇ ਨੇ। ਇੱਥੇ ਵੀ ਅਸੀਂ ਇੱਕ ਵਾਰੀ ਘਰਾਂਚੋਂ ਨੂੰ ਹਰਾਇਆ ਸੋਮੇ ਨੂੰ, ਮਤਲਬ ਕਿ 3 ਸਾਲ ਲਗਾਤਾਰ ਹੀ ਭਿੱਖੀ ਵੀ ਜਿੱਤੀ ਅਸੀਂ। ਉਹ ਤੋਂ ਬਾਅਦ ਮਤਲਬ ਜਿੰਨੀਆਂ ਵਧੀਆ ਟੀਮ ਟੂਰਨਾਮੈਂਟ ਹੁੰਦੇ ਸੀ, ਜਿੰਨੇ ਉੱਤੇ ਸਾਨੂੰ ਸੱਦੇ ਆਉਂਦੇ ਅਸੀਂ ਜ਼ਰੂਰ ਪਹੁੰਚਦੇ ਸੀ, ਪਰ ਉਹਨਾਂ ਸਮਿਆਂ 'ਚ 62 ਕਿਲੋ ਨੂੰ ਕੋਈ ਟੀਮ ਕਿਰਾਇਆ ਨਹੀਂ ਦਿੰਦੀ ਸੀ, ਇੱਕ ਅਸੀਂ ਸੀ ਜਿਹੜੇ ਸਾਨੂੰ ਲੋਕ ਆ ਕੇ ਪਿੰਡ ਆ ਕੇ ਪੱਕਾ ਕਰਕੇ ਜਾਂਦੇ ਅਤੇ ਕਿਰਾਇਆ ਦੇ ਕੇ ਜਾਂਦੇ ਸੀ। ਵਾਹ ਜੀ ਵਾਹ, ਤੁਸੀਂ ਸੋਮੇ ਉਸਤਾਦ ਦਾ ਨਾਮ ਲਿਆ, ਸੋਮੇ ਨੇ ਉਹਨਾਂ ਸਮੇਂ 'ਚ ਜਿੱਤ ਕਰਾਈ ਹੈ ਜਿਹਨਾਂ ਸਮੇਂ 'ਚ ਬਸ ਨੂੰ ਪੀ ਕਹਿੰਦਾ ਸੀ, ਉਹਦੇ ਇੱਕ ਪੋਸਟ ਪੜ੍ਹ ਰਿਹਾ ਸੀ ਮੈਂ ਜੀ, ਅਤੇ ਸੋਮੇ ਨਾਲ ਕਿੰਨੇ ਕੁ ਮੈਚ ਲੱਗੇ ਆ ਜੀ? ਸੋਮੇ ਨਾਲ ਸਾਡੇ 4-5 ਮੈਚ ਲੱਗੇ ਆ, ਜਿਵੇਂ ਵਧੀਆ ਮੈਚ, ਮਤਲਬ ਟਾਈਮ ਦੇ ਕੇ, ਜਿਵੇਂ ਸਾਨੂੰ ਨਾਭੇ ਤੁਹਾਨੂੰ ਦੱਸਿਆ ਪਹਿਲਾਂ ਅਸੀਂ ਨਾਭੇ ਲਾਇਆ, ਭਿੱਖੀ ਲਾਇਆ, ਇੱਥੇ ਵੀ 1-2 ਮੈਚ ਹੋਰ ਵੀ ਕਿਤੇ ਹੋ ਸਕਦੇ ਲੱਗੇ ਆ, ਪਰ ਸੋਮਾ ਉਹੀ ਗੱਲ ਹੈ ਵੀ ਨਹੀਂ ਜਿੱਤਿਆ ਸਾਨੂੰ। ਰੇਡਰ ਬਹੁਤ ਤਕੜਾ ਸੀ, ਰੇਡਰ ਬਹੁਤ ਵਧੀਆ, ਖਰਾ ਰੇਡਰ ਸੀ, ਸ਼ਰੀਫ ਸੀ, ਕੋਈ ਉਹਦੇ 'ਚ ਮਤਲਬ ਮੈਂ ਨਹੀਂ ਸੀ, ਵਧੀਆ ਪਲੇਅਰ ਸੀਗਾ ਸੋਮਾ ਜੀ। ਨਹੀਂ ਵੈਸੇ ਉਸਤਾਦ ਕਹਿ ਕੇ ਮੈਂ ਵੀ ਬੁਲਾਉਂਦਾ ਉਹਨਾਂ ਨੂੰ, ਰਿਸਪੈਕਟ ਕਰਨੀ ਚਾਹੀਦੀ ਐਸੇ ਪਲੇਅਰਾਂ ਨੇ ਜਿਹਨਾਂ ਨੇ ਕਬੱਡੀ ਨੂੰ ਜ਼ਿੰਦਾ ਰੱਖਿਆ ਗਾ, ਅਤੇ ਕਬੱਡੀ ਖੇਡੀ ਬਹੁਤ ਸੋਹਣੀ ਆ, ਪਰ ਕੀਮਤ ਨਹੀਂ ਪਈ ਉਦੋਂ ਗੁੱਸਾ ਆਉਂਦਾ ਕਿਤੇ ਨਾ ਕਿਤੇ ਜੀ। ਬਿਲਕੁਲ ਜੀ ਜੀ। ਅਤੇ ਹੋਰ ਕਿਸੇ ਖਾਸ ਪਲੇਅਰ ਨਾਲ ਮੈਚ ਲੱਗੇ ਹੋਣ? ਬਾਕੀ ਜੀ ਇਹ ਤੋਂ ਬਿਨਾਂ ਅਸੀਂ 62 ਕਿਲੋ ਦੇ ਨਾਲ ਨਾਲ ਓਪਨ ਵੀ ਅਸੀਂ ਮੈਚ ਖੇਡੇ ਹੈ, ਪਿੰਡ ਬਾਹਰ ਓਪਨ ਅਸੀਂ ਮੈਚ ਖੇਡੇ ਹੈ। ਉਸ ਟਾਈਮ ਦੀਆਂ ਨਾਮਵਰ ਟੀਮਾਂ ਜੀ, ਜਿਵੇਂ ਚਿੜਕ ਲਾ ਲਓ, ਆਪਣਾ ਫਕਰ ਝੰਡਾ ਲਾ ਲਓ, ਸਮਾਧ ਭਾਈ ਲਾ ਲਓ, ਸੈਦੋ ਲਾ ਲਓ, ਇਹ ਸਾਰੀਆਂ ਅਸੀਂ ਹਰਾਈਆਂ ਹੋਈਆਂ ਨੇ। 62 ਕਿਲੋ ਵੀ ਖੇਡਦੇ ਅਤੇ ਓਪਨ ਵੀ ਖੇਡਦੇ। ਇੱਕ ਦਿਨ ਦੇ ਵਿੱਚ ਮੈਂ 4-4 ਮੈਚ 62 ਕਿਲੋ ਦੇ, 4 ਜਾਂ 5, ਅਤੇ 4 ਜਾਂ 5 ਕਿਲੋ ਮੈਚ ਆਪਣੇ ਓਪਨ ਦੇ ਜੀ। 9 ਜਾਂ 10 ਮੈਚ 'ਚ ਇਕੱਲੇ ਬੰਦੇ ਨੇ ਰੇਡਾਂ ਪਾਈਆਂ ਨੇ। ਔਰ ਟਾਈਮ ਵੀ ਉਦੋਂ ਇਹ ਹੁੰਦਾ ਸੀ ਵੀ 10-2-10 ਤਾਂ ਘੱਟ ਤੋਂ ਘੱਟ ਹੁੰਦਾ ਸੀ, ਵੀ 10 ਤੋਂ ਘੱਟ ਤਾਂ ਦੇਣੇ ਹੀ ਨਹੀਂ, 10-2-10 ਤੋਂ ਘੱਟ ਤਾਂ। ਅਤੇ ਫਾਈਨਲ ਦੇ ਮੈਚ ਕਈ ਵਾਰੀ 15-15 ਮਿੰਟ ਵੀ ਦੇ ਦਿੰਦੇ ਸੀ, ਪਰ ਇਕੱਲਾ ਰੇਡਾਂ ਰੇਡਰ ਮੈਂ ਰੇਡਾਂ ਪਾ ਦਿੰਦਾ ਸੀ।